ਤੇ ਇੱਕ ਹੋਰ ਸਾਰੇ ਚਾਹੁਣ ਵਾਲੀ ਖੁਸ਼ਖਬਰੀ ਹੈ ਜੀ 30 ਜੁਲਾਈ ਨੂੰ ਐਲਬਮ ਆ ਰਹੀ ਹੈ ਦਲਜੀਤ ਦੁਸਾਂਝ ਵੀਰੇ ਉਹਨਾਂ ਦੀ ਗੋਟ ਐਲਬਮ ਦਾ ਨਾਮ ਹੈ ਅਤੇ ਮੈਨੂੰ ਲਿਖਣ ਦਾ ਮੌਕਾ ਮਿਲਿਆ ਇੱਕ ਗਾਣਾ ਉਹਨਾਂ ਲਈ ਆਪਣਾ ਜਿਹੜਾ ਗਾਣਾ ਲਿਖਿਆ ਉਹਦਾ ਨਾਮ ਵੀ ਗੋਟ ਹੀ ਹੈ ਸੋ ਸਰ ਜਣੇ ਜ਼ਰੂਰ ਸਟੇ ਟਿਊਨਡ 30 ਜੁਲਾਈ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਧੜਕਣ ਪੰਜਾਬੀ ਉੱਪਰ ਦੋਸਤੋ ਨਵੀਆਂ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੋਸਤੋ ਮਸ਼ਹੂਰ ਗਾਇਕ ਕਰਨ ਔਜਲਾ ਦਾ ਅੱਜ ਤੱਕ ਦਾ ਸਭ ਤੋਂ ਵੱਡੇ ਪ੍ਰੋਜੈਕਟ ਦਾ ਐਲਾਨ ਜਿਸ ਵਿੱਚ ਦਲਜੀਤ ਦੁਸਾਂਝ ਨਾਲ ਸਾਰੇ ਰਿਕਾਰਡ ਟੁੱਟਣ ਦੀ ਉਮੀਦ ਵੱਡੇ ਪੰਜਾਬੀ ਗਾਇਕਾਂ ਦੀ ਗਿਣਤੀ ਵਿੱਚ ਦਿਨੋਂ ਦਿਨ ਅੱਗੇ ਵੱਧਦੇ ਹੋਏ ਕਰਨ ਔਜਲਾ ਨੇ ਆਪਣਾ ਨਾਮ ਪੂਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਵਿੱਚ ਸ਼ਾਮਲ ਕਰ ਲਿਆ ਪਰ ਔਜਲਾ ਨੂੰ ਇਸ ਮੁਕਾਮ ਨੂੰ ਹਾਸਲ ਕਰਨ ਲਈ ਵੀ ਬਹੁਤ ਵੱਡੇ ਸੰਘਰਸ਼ ਦੇ ਵਿੱਚੋਂ ਲੰਘਣਾ ਪਿਆ ਪਰ ਉਹਨਾਂ ਦੀ ਮਿਹਨਤ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ ਜੀ ਹਾਂ ਦੋਸਤੋ ਇਸ ਸਮੇਂ ਹਰ ਇੱਕ ਵੱਡਾ ਕਲਾਕਾਰ ਵੀ ਕਰਨ ਔਜਲਾ ਦੇ ਲਿਖੇ ਗਾਣੇ ਕਰਨ ਵਿੱਚ ਪੂਰੀ ਦਿਲਚਸਪੀ ਦਿਖਾ ਰਿਹਾ ਹੈ ਕਿਉਂਕਿ ਔਜਲੇ ਦਾ ਨਾਮ ਹੀ ਇੰਨਾ ਬਣ ਚੁੱਕਿਆ ਹੈ ਹਾਲਾਂਕਿ ਕਰਨ ਜ਼ਿਆਦਾਤਰ ਖੁਦ ਆਪਣੇ ਲਿਖੇ ਹੋਏ ਖੁਦ ਗਾਉਣ ਵਿੱਚ ਯਕੀਨ ਰੱਖਦੇ ਹਨ ਪਰ ਫਿਰ ਵੀ ਕਈ ਕਲਾਕਾਰਾਂ ਉਹਨਾਂ ਦੇ ਕੋਲੈਬੋਰੇਸ਼ਨ ਲਗਾਤਾਰ ਦਿਖਾਈ ਦੇ ਰਹੇ ਹਨ ਅਤੇ ਹੁਣ ਵੱਡੇ ਸਟਾਰ ਕਲਾਕਾਰ ਦਲਜੀਤ ਦੁਸਾਂਝ ਦੇ ਨਾਲ ਕਰਨ ਔਜਲਾ ਦਾ ਪ੍ਰੋਜੈਕਟ ਸਾਹਮਣੇ ਆ ਰਿਹਾ ਹੈ ਜਿਸ ਬਾਰੇ ਖੁਦ ਦਲਜੀਤ ਦੁਸਾਂਝ ਨੇ ਵੀ ਜਾਣਕਾਰੀ ਦਿੱਤੀ ਦਲਜੀਤ ਦੁਸਾਂਝ ਦੀ ਨਵੀਂ ਆਉਣ ਵਾਲੀ ਐਲਬਮ ਗੋਟ ਜਿਸ ਵਿੱਚ ਕਰਨ ਔਜਲਾ ਨੇ ਖਾਸ ਤੌਰ ਤੇ ਇੱਕ ਵੱਡਾ ਗਾਣਾ ਦਲਜੀਤ ਲਈ ਲਿਖਿਆ ਹੈ ਤੇ ਇੱਕ ਹੋਰ ਸਾਰੇ ਚਾਹਣ ਵਾਲੀ ਖੁਸ਼ਖਬਰੀ ਹੈ ਜੀ 30 ਜੁਲਾਈ ਨੂੰ ਐਲਬਮ ਆ ਰਹੀ ਹੈ ਦਲਜੀਤ ਦੁਸਾਂਝ ਵੀਰੇ ਉਹਨਾਂ ਦੀ ਗੋਟ ਐਲਬਮ ਦਾ ਨਾਮ ਹੈ ਤੇ ਮੈਨੂੰ ਲਿਖਣ ਦਾ ਮੌਕਾ ਮਿਲਿਆ ਇੱਕ ਗਾਣਾ ਉਹਨਾਂ ਲਈ ਆਪਣਾ ਜਿਹੜਾ ਗਾਣਾ ਲਿਖਿਆ ਉਹਦਾ ਨਾਮ ਵੀ ਗੋਟ ਹੀ ਹੈ ਸੋ ਸਰ ਜਣੇ ਜ਼ਰੂਰ ਸਟੇ ਟਿਊਨਡ 30 ਜੁਲਾਈ ਨੂੰ ਗੋਟ ਦਲਜੀਤ ਦੁਸਾਂਝ ਕਰਨ ਔਜਲਾ ਖਮੇ ਥੈਂਕ ਯੂ ਐਲਬਮ ਦਾ ਮੇਨ ਗਾਣਾ ਗੋਟ ਜਿਸ ਨੂੰ ਕਿ ਕਰਨ ਔਜਲਾ ਨੇ ਲਿਖਿਆ ਅਤੇ ਦਲਜੀਤ ਦੁਸਾਂਝ ਨੇ ਗਾਇਆ ਹੈ ਅਤੇ ਇਸ ਗਾਣੇ ਤੋਂ ਦੋਵਾਂ ਗਾਇਕਾਂ ਨੂੰ ਵੱਡੀ ਉਮੀਦ ਹੈ ਪਹਿਲੀ ਵਾਰ ਹੋ ਰਿਹਾ ਹੈ ਕਿ ਦੋ ਵੱਡੇ ਸਟਾਰ ਗਾਇਕੀ ਅਤੇ ਗੀਤਕਾਰੀ ਨਾਲ ਇਕੱਠਿਆਂ ਕੋਈ ਪ੍ਰੋਜੈਕਟ ਲੈ ਕੇ ਆ ਰਹੇ ਹਨ ਅਤੇ ਉਹ ਵੀ ਇੰਨੇ ਵੱਡੇ ਪੱਧਰ ਤੇ ਦੱਸ ਦਈਏ ਕਿ ਦਲਜੀਤ ਦੇ ਗੋਟ ਗਾਣੇ ਦੀ ਸ਼ੂਟਿੰਗ ਤਕਰੀਬਨ ਕੰਪਲੀਟ ਹੋਣ ਦੀ ਖਬਰ ਹੈ ਅਤੇ ਹੋ ਸਕਦਾ ਹੈ ਕਿ ਗਾਣੇ ਵਿੱਚ ਕਰਨ ਔਜਲਾ ਨੂੰ ਵੀ ਫੀਚਰ ਕੀਤਾ ਜਾਵੇ ਪਰ ਕਰਨ ਔਜਲਾ ਦੇ ਫੈਨਸ ਵੱਲੋਂ ਹਮੇਸ਼ਾ ਦੀ ਤਰ੍ਹਾਂ ਗਾਣੇ ਨੂੰ ਇਸ ਵਾਰ ਵੀ ਪੂਰੀ ਤਰ੍ਹਾਂ ਸਫਲ ਬਣਾਉਣ ਦੀ ਤਿਆਰੀ ਦਿਖਾਈ ਦੇ ਰਹੀ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਕਰਨ ਔਜਲਾ ਦੇ ਖੁਦ ਦੇ ਗਾਣੇ ਹਾਂ ਹੈਗਿਆਂ ਦੇ ਟ੍ਰੇਲਰ ਨੇ ਵੀ ਇੱਕ ਵੱਖਰਾ ਰਿਕਾਰਡ ਬਣਾ ਦਿੱਤਾ ਕਿਉਂਕਿ ਗਾਣੇ ਦਾ ਟ੍ਰੇਲਰ ਹੀ ਟ੍ਰੈਂਡਿੰਗ ਵਿੱਚ ਚੱਲ ਰਿਹਾ ਹੈ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਔਜਲਾ ਤੇ ਦਲਜੀਤ ਦੁਸਾਂਝ ਦਾ ਕੋਲੈਬੋਰੇਸ਼ਨ ਪ੍ਰੋਜੈਕਟ ਵੀ ਵੱਡੇ ਲੈਵਲ ਤੇ ਕਾਮਯਾਬ ਹੋ ਪਾਵੇਗਾ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ ਧੰਨਵਾਦ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਦੇਖਦੇ ਰਹਿਣਾ ਧੜਕਣ ਪੰਜਾਬੀ